ਹਜ਼ਾਰਾਂ ਲੋਕਾਂ ਦੀ ਆਬਾਦੀ ਵਾਲੇ ਪਿੰਡ ਸੋਹਲ ਨੂੰ ਭਿਆਨਕ ਬਿਮਾਰੀਆਂ ਲੱਗ ਜਾਣ ਦਾ ਡਰ ਉਸ ਵੇਲੇ ਸਤਾਉਣ ਲੱਗਾ ਜਦ ਪਿੰਡ ਦੀ ਪੰਚਾਇਤ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੂਰੇ ਪਿੰਡ ਦੇ ਨਿਕਾਸੀ ਨਾਲੇ ਨੂੰ JCB ਨਾਲ ਅਚਾਨਕ ਬੰਨ ਮਾਰ ਕੇ ਬੰਦ ਕਰ ਦਿੱਤਾ। ਇਹ ਮਾਮਲਾ ਉਦੋਂ ਹੋਰ ਗਰਮਾ ਗਿਆ ਜਦੋਂ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਨਾ ਸ਼ੁਰੂ ਹੋ ਗਿਆ, ਜਿਸ ਤੇ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਪਿੰਡ ਦੀ ਪੰਚਾਇਤ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨੈਸ਼ਨਲ ਹਾਈਵੇ ਜਾਮ ਕਰਕੇ ਅਣਮਿੱਥੇ ਸਮੇਂ ਲਈ ਧਰਨੇ ਦੇਣ ਦੀ ਚੇਤਾਵਨੀ ਵੀ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਨਿਕਾਸੀ ਨਾਲੇ ਨੂੰ ਬੰਨ ਮਾਰਨ ਕਰਕੇ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹਾਲ ਹੀ ਰਿਹਾ ਤਾਂ ਇਹ ਪਾਣੀ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਸਕਦਾ ਹੈ। ਬਲਜਿੰਦਰ ਸਿੰਘ ਤੇ ਮਨਿੰਦਰ ਸਿੰਘ ਤਿੰਨਾਂ ਨੇ ਕੇਸ ਪਾਤਾ ਦਰਸ਼ਨ ਸਿੰਘ ਤੇ ਭਜਨ ਸਿੰਘ ਤੇ ਕਿ ਤੁਸੀਂ ਸਾਡੇ ਖੇਤਾਂ ਦਾ ਪਾਣੀ ਸੁੱਟਦੇ ਜੇ ਸਾਡੀ ਪੈ ਜੂ। ਉਹ ਅਸੀਂ ਕੇਸ ਲੜਿਆ, ਕੋਰਟ ਨੇ ਇੱਥੋਂ ਦੀ ਰਾਹ ਨਾਲਾ ਪ੍ਰੂਵ ਕਰਤਾ। ਕੋਰਟ ਨੇ ਇਹ ਗੱਲ ਕਹਿਤੀ, ਸਾਡੇ ਸਰਪੰਚ ਨੇ ਵੀ ਜਿਹੜਾ ਸਾਬਕਾ ਸਰਪੰਚ ਸੀ ਬਲਜੀਤ ਸਿੰਘ ਉਹਨੇ ਗਵਾਹੀ ਦੇ ਦਿੱਤੀ ਕਿ ਇੱਥੋਂ ਦੀ ਰਾਹ ਵਾ, ਪਰ ਇੱਥੋਂ ਦੀ ਨਾਲਾ ਹੈ ਇਹ ਜੁਮਲਾ ਮੁਸ਼ਤਰਕਾ ਮਾਲਕ ਨੇ ਆ, ਇਹ ਨਾਲਾ ਵੀ ਬਣ ਸਕਦਾ, ਇੱਥੋਂ ਦੀ ਤੇ ਰਾਹ ਵੀ ਬਣ ਸਕਦਾ ਹੈ। ਇੱਥੋਂ ਦੀ ਨਾਲਾ ਬਣਿਆ ਹੈ ਆਲਰੇਡੀ, ਅੰਗਰੇਜ਼ਾਂ ਨੇ ਟਾਈਮ ਮੂਵੀ ਅੰਗਰੇਜ਼ਾਂ ਦੇ ਟਾਈਮ ਪੂਰੀ ਬਣੀ ਹੈ, ਇੱਥੋਂ ਦੀ ਪਾਣੀ ਲੰਘਦਾ ਹੈ। ਇਹਦੇ ਬਾਅਦ 'ਚ ਉਹ ਕੇਸ ਜਿਹੜਾ ਡਿਸਾਈਡ ਹੋ ਗਿਆ, ਉਹ ਜੱਜ ਨੇ ਲਿਖਤਾ, ਇੱਕ ਲਾਈਨ ਲਿਖ ਦਿੱਤੀ ਕਿ ਪੰਚਾਇਤ ਪੱਕਾ ਨਾਲਾ ਬਣਾਏ, ਲੇਕਿਨ ਉਹ ਦੂਜੇ ਮੁੜ ਕੇ ਉਹਨਾਂ ਨੇ ਕੇਸ ਡਿਸਾਈਡ ਹੋ ਗਿਆ, ਉਹਨਾਂ ਨੇ ਇੱਥੇ ਅਪੀਲ ਪਾਤੀ ਮਨਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਅਤੇ ਵਰਿੰਦਰ ਸਿੰਘ ਨੇ। ਉਹ ਅਪੀਲ ਦੇ ਵਿੱਚ ਸਾਡਾ ਸਰਪੰਚ ਜਿਹੜਾ ਬਲਜੀਤ ਸੀ ਇਹ ਪੇਸ਼ ਨਹੀਂ ਹੋਇਆ, ਉਹ ਕੇਸ ਐਕਸ ਪਾਰਟੀ ਹੋ ਗਿਆ। ਜਦੋਂ ਐਕਸ ਪਾਰਟੀ ਹੋ ਗਿਆ ਉਹਨੇ ਜਰਾਹ ਪਾਤੀ, ਕੋਰਟ ਨੇ ਇਹੀ ਆਰਡਰ ਕਰਤਾ ਕਿ ਨਾ ਪੰਚਾਇਤ ਪੱਕਾ ਬਣਾਏ। ਹੁਣ ਉਹ ਜਰਾਹ ਦੇ ਵਿੱਚ ਪੰਚਾਇਤ ਨੇ ਸੱਦਿਆ, ਇਸ ਪੰਚਾਇਤ ਨੂੰ ਉਹਨੇ ਬੈਂਸ ਅਮਨਦੀਪ ਸਿੰਘ ਬੈਂਸ ਜੱਜ ਦੇ ਵਿੱਚ ਕੇਸ ਚੱਲਦਾ ਸੀ ਕੋਰਟ 'ਚ, ਉਹਨੇ ਇਹਨਾਂ ਨੂੰ ਸੱਦਿਆ ਕਿ ਜਾਂ ਤੁਸੀਂ ਨਾਲਾ ਬੰਦ ਕਰ ਦਿਓ ਅਤੇ ਨਹੀਂ ਤਾਂ ਪੱਕਾ ਨਾਲਾ ਬਣਾਓ। ਇਹ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ, ਪੰਚਾਇਤ ਕਹਿੰਦੀ ਸਾਡੇ ਕੋਲ ਪੈਸੇ ਹੈ ਨਹੀਂ। ਇਹ ਕਹਾ ਕੇ ਇਹਨਾਂ ਨੇ JPC ਲਿਆ ਕੇ ਹੁਣ ਦੇ ਮੌਜੂਦਾ ਸਰਪੰਚ ਸੁਖਪਿੰਦਰ ਸਿੰਘ ਨੇ ਇਹਦੀ ਘਰ ਦੀ ਸਰਪੰਚ ਆ, ਕੱਲ੍ਹ ਲੋਕ ਅਦਾਲਤ ਦੇ ਵਿੱਚ ਫੈਸਲਾ ਆ, ਲੋਕ ਅਦਾਲਤ 'ਚ ਇਹਦੀ ਘਰ ਦੀ ਦੁਬਾਰਾ ਗਈ, ਉੱਥੇ ਇਹਨਾਂ ਨੇ ਲਿਖ ਕੇ ਦੇਤਾ ਕਿ ਅਸੀਂ ਪਿੰਡ ਦਾ ਪਾਣੀ ਬੰਦ ਕਰਤਾ, JPC ਨੇ ਬੰਦ ਕਰਕੇ ਉੱਥੇ ਰਿਟਰਨ ਦੇ ਅਸੀਂ ਪਾਣੀ ਬੰਦ ਕਰਤਾ। ਦੱਸੋ ਸਾਡੇ ਪਿੰਡ ਦਾ ਸਾਰੇ ਦਾ 13,000 14,000 ਵੱਸੋਂ ਆ ਸਾਡੇ, ਜੇ 14,000 ਵੱਸੋਂ ਦਾ ਪਾਣੀ ਘਰਾਂ ਦੇ ਵਿੱਚ ਰੁਕ ਗਿਆ ਤਾਂ ਕਿੱਧਰ ਨੂੰ ਕੰਮ ਜਾਊਗਾ, ਮੀਂਹ ਪੈਣ ਡਏ ਆ। ਇਹ ਕਹਾ ਕੇ ਸਾਡੇ ਪਿੰਡ ਵਾਲਿਆਂ ਨਾਲ ਸਰਾਸਰ ਧੱਕਾ ਹੋ ਰਿਹਾ, ਜਦੋਂ ਕਿ ਸਾਡਾ ਨਾਲਾ 7 ਕਿੱਲੇ ਲੰਮਾ, ਇੱਥੋਂ ਦਾ 6 ਫੁੱਟ 6 ਕਰਮਾ ਚੌੜਾ ਹੈ, ਸੜਕ ਦੇ ਨਾਲ ਮਿਲਦਾ ਹੈ ਅਤੇ ਗਾੜੀ ਸੜਕ ਦੇ ਨਾਲ ਨਾਲ ਪਾਣੀ ਟ੍ਰੇਨ 'ਚ ਜਾਂਦਾ ਸੀ, ਪਾਕਿਸਤਾਨ ਤੋਂ ਪਹਿਲਾਂ ਦਾ ਪਾਣੀ ਜਾਂਦਾ। ਸਾਡਾ ਜਾਣ ਬੁੱਝ ਕੇ ਪਾਣੀ ਬੰਦ ਕਰਕੇ ਸਾਨੂੰ ਹਰਾਸਮੈਂਟ ਕੀਤਾ।